ਫਿਰੋਜ਼ਪੁਰ ਦੇ ਪਿੰਡ ਸੇਖਵਾਂ ਦੇ ਵਿੱਚ ਜਿੰਦਾ ਹੈਂਡ ਗ੍ਰਨੇਡ ਮਿਲਣ ਨਾਲ ਦਹਿਸ਼ਤ ਪਾਈ ਜਾ ਰਹੀ ਹੈ। ਹੈਂਡ ਗ੍ਰਨੇਡ ਸੜਕ ਕਿਨਾਰੇ ਪਏ ਟਿਫਨ ਵਿੱਚੋਂ ਮਿਲਿਆ। ਮਾਮਲੇ ਦੀ ਜਾਂਚ ਕਰਨ ਦੇ ਲਈ ਬੀਤੇ ਕੱਲ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਸਨ। ਇਸ ਤੋਂ ਇਲਾਵਾ ਜਲੰਧਰ ਤੋਂ ਵੀ ਬੰਬ ਨਿਰੋਧਕ ਦਸਤੇ ਦੀ ਟੀਮ ਸੱਦੀ ਗਈ ਸੀ। ਤੁਹਾਨੂੰ ਦੱਸ ਦਈਏ ਕਿ ਫਿਰੋਜ਼ਪੁਰ ਦੇ ਕਸਬਾ ਜੀਰਾ ਦੇ ਵਿੱਚ ਹੈਂਡ ਗ੍ਰਨੇਡ ਮਿਲਣ ਦੇ ਮਗਰੋਂ ਦਹਿਸ਼ਤ ਜਿਹੜੀ ਆ ਲੋਕਾਂ ਦੇ ਵਿੱਚ ਪਾਈ ਜਾ ਰਹੀ ਹੈ। ਡਿਸਪੋਜ਼ਲ ਵਗੈਰਾ ਮੰਗਾਇਆ ਵੀ ਕਿਹੜੀ ਕੰਪਨੀ ਦਾ ਕਿੱਥੋਂ ਦੀ ਆਇਆ ਗਿਆ ਉਹ ਸਾਰਾ ਪਤਾ ਲੱਗਣ ਤੋਂ ਬਾਅਦ ਫਿਰ ਇਨਵੈਸਟੀਗੇਸ਼ਨ ਜੋ ਆਏਗਾ ਫਿਰ ਤੁਹਾਨੂੰ ਦੱਸਾਂਗੇ ਜੀ। ਤੇ ਸਾਡੇ ਨਾਲ ਰਾਜੇਸ਼ ਕਟਾਰੀਆ ਸਾਡੇ ਸਹਿਯੋਗੀ ਜੁੜ ਗਏ ਨੇ। ਰਾਜੇਸ਼, ਬੀਤੇ ਕੱਲ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਜ਼ਿਲ੍ਹੇ ਨੇੜੇ ਇੱਕ ਟਿਫਨ ਬੰਬ ਮਿਲਦਾ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾ ਜਾਂਦਾ ਤਾਂ ਕੀ ਕੁਝ ਜਿਹੜੀ ਜਾਣਕਾਰੀ ਹੈ ਪੁਲਿਸ ਦੇ ਵੱਲੋਂ ਦੱਸੀ ਜਾ ਰਹੀ ਹੈ ਕਿ ਬੰਬ ਜਿਹੜਾ ਹੈ ਕਿਸ ਦੀ ਸਾਜ਼ਿਸ਼ ਸੀ ਜਾਂ ਫਿਰ ਕਿਵੇਂ ਉੱਥੇ ਪਹੁੰਚਿਆ? ਜੀ ਅਜੇ ਤੁਹਾਨੂੰ ਦੱਸਿਆ ਜਾਂਦਾ ਪਿਛਲੇ ਮਹੀਨੇ ਜਿਹੜਾ ਹੈ ਫਿਰੋਜ਼ਪੁਰ ਦੇ ਵਿੱਚ ਟਿਫਨ ਬੰਬ ਬੜਾ ਵੰਦ ਹੋਏ ਸੀ ਜਿਹੜੇ ਪਾਕਿਸਤਾਨ ਤੋਂ ਡਰੋਨ ਰਾਹੀਂ ਇੱਥੇ ਆਏ ਸੀ। ਜਲਾਲਾਬਾਦ ਦੇ ਵਿੱਚ ਇੱਕ ਟਿਫਨ ਬੰਬ ਬਲਾਸਟ ਹੁੰਦਾ ਹੈ ਮੋਟਰਸਾਈਕਲ ਸਵਾਰ ਜਿਹਦੇ 'ਚ ਇੱਕ ਬੰਦੇ ਦੀ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ ਜਿਹੜੀ ਹੈ ਜਾਂਚ 'ਚ ਜਿਹੜੀ ਹੈ NIA ਦੀ ਟੀਮ ਕੋਲ ਆ ਜਾਂਦੀ ਹੈ। ਫਿਰੋਜ਼ਪੁਰ ਦੇ ਸਰਹੱਦੀ ਪਿੰਡ ਚਾਂਦੀਵਾਲਾ ਵਿੱਚ ਦੋ ਬੰਦੇ ਫੜੇ ਜਾਂਦੇ ਹਨ ਜਿਹੜੇ ਕਿ ਪਾਕਿਸਤਾਨ ਤੋਂ ਜਿਹਨਾਂ ਨੇ ਉੱਥੇ ਬਲਾਸਟ ਕਰਵਾਇਆ ਸੀਗਾ ਜਲਾਲਾਬਾਦ ਦੇ ਵਿੱਚ ਵੀ। ਤੇ ਜਲਾਲਾਬਾਦ ਪੁਲਿਸ ਤੇ NIA ਦੀ ਸਾਂਝੀ ਟੀਮ ਨੇ ਉਹਨਾਂ ਨੂੰ ਅਰੈਸਟ ਕੀਤਾ ਸੀ। ਉਹਨਾਂ ਨੇ ਆਪਣੀ ਪੁੱਛਗਿੱਛ 'ਚ ਮੰਨਿਆ ਸੀ ਵੀ ਅਸੀਂ ਸਾਡੇ ਕੋਲ ਟਿਫਨ ਜਿਹੜੇ ਬੰਬ ਪਾਕਿਸਤਾਨ ਤੋਂ ਆਏ ਸੀ ਸਾਨੂੰ ਅਸੀਂ ਉਹਨਾਂ ਵਟਸਐਪ ਰਾਹੀਂ ਸਾਨੂੰ ਉਹਨਾਂ ਨੇ ਟ੍ਰੇਨਿੰਗ ਦਿੱਤੀ ਕਿ ਅਸੀਂ ਚਲਾਨ ਜਾ ਰਹੇ ਸੀ ਲੇਕਿਨ ਉਹ ਚੱਲਿਆ ਨਹੀਂ ਤੇ ਹੋਰ ਜਗ੍ਹਾ ਛੱਡਣ ਜਾ ਰਹੇ ਤੇ ਉਹ ਬਲਾਸਟ ਹੋ ਗਿਆ। ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਪਾਕਿਸਤਾਨ ਨੂੰ ਸਾਨੂੰ ਕਿਸੇ ਦਾ ਫੋਨ ਆਉਂਦਾ ਸਾਨੂੰ ਅਸੀਂ ਵੀਡੀਓ ਭੇਜਦੇ ਹਾਂ। ਫਿਰੋਜ਼ਪੁਰ ਸ਼ਹਿਰ ਦੇ ਵਿੱਚ ਵੀ ਇਹਨਾਂ ਨੇ ਦੁਕਾਨ ਦੇ ਵਿੱਚ ਰਾਤੀ ਬਲਾਸਟ ਕੀਤਾ ਸੀ ਉਸਦੀ ਵੀਡੀਓ ਬਣਾ ਕੇ ਇਹਨਾਂ ਨੇ ਪਾਕਿਸਤਾਨ ਭੇਜੀ। ਉਸ ਦੇ ਮਗਰੋਂ ਇਹਨਾਂ ਨੂੰ 10 ਲੱਖ ਰੁਪਏ ਪਰ ਬਲਾਸਟ ਦਾ ਇਹਨਾਂ ਨੂੰ ਮਿਲਦਾ ਸੀਗਾ। NIA ਟੀਮ ਨੇ ਥੋੜ੍ਹੇ ਦਿਨ ਪਹਿਲਾਂ ਜਿਹੜਾ ਹੈ ਜਗਰਾਓ ਤੋਂ ਵੀ ਇਹਨਾਂ ਦਾ ਹੀ ਇੱਕ ਸਾਥੀ ਇਹਨਾਂ ਦਾ ਇੱਕ ਜਿਹੜਾ ਬੰਦਾ ਗ੍ਰਿਫਤਾਰ ਕੀਤਾ ਸੀ ਉੱਥੋਂ ਜਗਰਾਓ ਦੇ ਪਿੰਡ ਦੇ ਵਿੱਚੋਂ ਵੀ ਜਿਹੜਾ ਹੈ ਇੱਕ ਟਿਫਨ ਬੰਬ ਔਰ ਇੱਕ ਪਿਸਟਲ ਜਿਹੜਾ ਬਰਾਮਦ ਹੁੰਦਾ ਹੈ। ਉਹ ਕੱਲ ਜਿਹੜਾ ਜੀਰਾ ਦੇ ਵਿੱਚ ਮਿਲਣ ਨਾਲ ਲੋਕਾਂ ਨੂੰ ਡਰ ਪੈ ਗਿਆ ਕਿ ਕਿੰਨੇ ਕੁ ਟਿਫਨ ਬੰਬ ਪਾਕਿਸਤਾਨ ਤੋਂ ਆਏ ਜਿਹੜੇ ਇਹਨਾਂ ਲੋਕਾਂ ਨੇ ਛੁਪਾ ਕੇ ਰੱਖੇ। ਕੱਲ ਜੰਗਲਾਤ ਵਿਭਾਗ ਦੀ ਟੀਮ ਉੱਥੇ ਖੁਦਾਈ ਕਰਕੇ ਪੌਦੇ ਲਗਾ ਰਹੀ ਸੀ ਤੇ ਉਹਨਾਂ ਨੂੰ ਖੁਦਾਈ ਦੌਰਾਨ ਇਹਦੇ ਵਿੱਚ ਇਹ ਬਲਾਸਟ ਜਿਹੜਾ। ਰਾਜੇਸ਼ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਤਮਾਮ ਖਬਰ ਤੇ ਅਪਡੇਟ ਦੇਣ ਦੇ ਲਈ।